ਬਾਬਿਆਂ ਦੀ ਗੱਲ ਨਹੀਂ ਕਰਦਾ, ਮੈਂ ਰੇਪੇ ਦੀ ਗੱਲ ਨਹੀਂ ਕਰਦਾ। ਸਿੱਧੂ ਸਾਹਿਬ ਨੇ ਤੁਹਾਨੂੰ ਵਿਸਤਾਰ ਪੂਰਕ ਹਰ ਗੱਲ ਬਾਰੇ ਜਾਣੂ ਕਰਾਇਆ। ਇਹ ਸਿੱਧੂ ਸਾਹਿਬ ਕਦੇ ਕਦੇ, ਕਿਉਂਕਿ ਮੈਨੂੰ ਤਾਂ ਬਾਈ ਇਹਨਾਂ ਤੋਂ ਸਿੱਖ ਸੁੱਕੇ, ਅਸੀਂ ਸ਼ੇਰ ਸ਼ੁਰ ਬੋਲਦੇ ਨੇ, ਤਲੀਮ ਕਾ ਜ਼ੋਰ ਇਤਨਾ, ਤਹਿਜ਼ੀਬ ਕਾ ਸ਼ੋਰ ਇਤਨਾ, ਬਰਕਤ ਕਿਉਂ ਨਹੀਂ ਹੋਤੀ, ਤੇਰੀ ਨੀਅਤ ਪੇ ਖਰਾਬੀ ਹੈ, ਤੂੰ ਆਮ ਆਦਮੀ ਪਾਰਟੀ ਦੀਆਂ ਤੇ ਆਮ ਬੰਦੇ ਦੀਆਂ ਗੱਲਾਂ ਕਰਦੇ। ਕੇਜਰੀਵਾਲ ਸਾਹਿਬ 45 ਕਰੋੜ ਰੁਪਇਆ ਜਦੋਂ ਕੋਰੋਨਾ ਦੇ ਵਿੱਚ ਦਿੱਲੀ ਦੇ ਲੋਕ ਮਰ ਰਹੇ ਸਨ, ਕੱਲ ਪਰਸੋਂ ਟੈਲੀਵਿਜ਼ਨ ਤੇ ਟੈਲੀਵਿਜ਼ਨ ਵਾਲਿਆਂ ਨੇ ਦਿਖਾਇਆ ਆਦਮੀਆਂ ਆਮ ਆਦਮੀ ਪਾਰਟੀ ਦਾ ਮੁਖੀ ਕੇਜਰੀਵਾਲ ਜੀ ਨੇ ਘਰ ਤੇ 45 ਕਰੋੜ ਰੁਪਇਆ ਲਿਖਿਆ, 2.5 ਕਰੋੜ ਰੁਪਏ ਦੇ ਪਰਦੇ ਲੱਗੇ ਹੈ, 3 ਕਰੋੜ ਰੁਪਏ ਦਾ ਰੰਗ ਹੋਇਆ ਜਿਹੜਾ ਆਮ ਆਦਮੀ ਕਹਿੰਦਾ। ਲੇਕਿਨ ਅਮੀਰ ਸ਼ਾਨ ਬਦਲੇ ਦੇ ਵਿੱਚ ਆਪਦਾ ਆਰਾਮ ਫਰਮਾਉਂਦਾ, ਲੋਕਾਂ ਨੂੰ ਕਹਿੰਦਾ ਮੈਂ ਆਮ ਆਦਮੀ ਪਾਰਟੀ ਹੈ ਔਰ ਸਾਡੀ ਪਾਰਟੀ ਇੱਕ ਆਮ ਲੋਕਾਂ ਦੀ ਪਾਰਟੀ ਹੈ। ਠੀਕ ਹੈ ਸਿੱਧੂ ਸਾਹਿਬ ਉਹਨਾਂ ਨੇ ਅਸੀਂ ਇੱਕ ਆਮ ਵਿਅਕਤੀ ਨੂੰ ਖੜਾ ਕਰਕੇ ਆਹੀ ਰਿੰਕੂ ਨੂੰ ਇਹਨੂੰ ਪਹਿਲੀ ਵਾਰੀ MC ਦੀ ਟਿਕਟ ਦਿੱਤੀ, ਫਿਰ ਦੂਸਰੀ ਵਾਰੀ ਦਿੱਤੀ, ਫਿਰ ਫਤਿਹ ਨੂੰ ਦਿੱਤੀ, ਫਿਰ MLA ਬਣਾਇਆ ਔਰ KP ਸਾਹਿਬ ਵਰਗਿਆਂ ਦੀਆਂ ਟਿਕਟਾਂ ਕੱਟ ਕੇ ਅਸੀਂ ਦੂਜੀਆਂ ਵੀ ਟਿਕਟ ਨਹੀਂ ਦਿੱਤੀ। ਔਰ ਜਦੋਂ ਖਾਸ ਬੰਦਾ ਬਣ ਗਿਆ ਭਗਵੰਤ ਸਿੰਘ ਮਾਨ ਲੈ ਗਿਆ, ਇੱਕ ਹੋਰ ਲੰਬੀ ਯੂਨੀਵਰਸਿਟੀ ਵਾਲਾ ਤੁਸੀਂ ਕਹਿੰਦਾ ਸੀ ਅਸੀਂ ਆਮ ਲੋਕਾਂ ਦੀ ਪਾਰਟੀ ਹੈ, ਅਸੀਂ ਆਮ ਲੋਕਾਂ ਨੂੰ ਨਵਾਜਾਂਗੇ, ਅਸੀਂ ਆਮ ਲੋਕਾਂ ਦਾ ਜੀਵਨ ਉੱਚਾ ਚੱਕਾਂਗੇ। 6 ਸਾਲਾਂ ਵਾਸਤੇ ਲੰਬੀ ਯੂਨੀਵਰਸਿਟੀ ਵਾਲੇ ਦੇ ਮਾਲਕ ਨੂੰ ਉਹਨਾਂ ਨੂੰ ਮਿੱਟੀ ਬਣਾਉਣ ਦਾ ਕੰਮ ਕੀਤਾ। ਮੈਂ ਇਹ ਨਹੀਂ ਕਹਿ ਰਿਹਾ ਕੋਈ ਬੰਦਾ ਮਾੜਾ ਜਾਂ ਚੰਗਾ, ਲੇਕਿਨ ਮੈਂ ਇਹ ਕਹਿ ਰਿਹਾ ਜਿਹੜੇ ਲੋਕ ਇਹ ਗੱਲ ਕਹਿੰਦੇ ਸਨ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਹੈ, ਅੱਜ ਉਹਨਾਂ ਨੇ ਸਰਮਾਏਦਾਰਾਂ ਦੀ ਪਾਰਟੀ ਹੈ। ਮੈਨੂੰ ਵੀ ਲੱਗਦਾ ਕਿ ਲਵਲੀ ਯੂਨੀਵਰਸਿਟੀ ਵਾਲੇ ਤੋਂ ਅਮੀਰ ਵਿਅਕਤੀ ਜਲੰਧਰ ਦੇ ਵਿੱਚ ਕੋਈ ਹੋਵੇ। ਸੋ ਭਗਵੰਤ ਸਿੰਘ ਮਾਨ ਸਾਹਿਬ ਸਾਰੇ ਵਾਅਦੇ ਫੇਲ ਹੋ ਗਏ, 3 ਮਹੀਨੇ ਦੀ ਸਰਕਾਰ ਲੋਕਾਂ ਨੇ ਦੱਸਤਾ, ਤੁਹਾਨੂੰ ਸੰਗਰੂਰ ਦੇ ਵਿੱਚ ਹਰਾ ਕੇ ਇੱਥੇ ਤਾਂ ਸਾਰਾ ਸੈਂਪਲ ਹੀ ਫੇਲ ਹੋ ਗਿਆ। ਅੱਜ ਪੰਜਾਬ ਦੇ ਲੋਕ 10 ਤਰੀਕ ਦਾ ਇੰਤਜ਼ਾਰ ਕਰ ਰਹੇ ਹੈ, ਉਹ ਕਹਿੰਦੇ ਅਸੀਂ ਬਦਲਾ ਲੈਣਾ, ਅਸੀਂ ਜੋ ਸਾਡੇ ਨਾਲ ਧੱਕਾ ਹੋਇਆ ਪੰਜਾਬੀਆਂ ਦੇ ਨਾਲ ਸਾਜ਼ਿਸ਼ ਹੋਈ ਹੈ, ਉਹਨਾਂ 10 ਤਰੀਕ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਹਿਸਾਬ ਕਰਨਾ। ਸੋ ਘਬਰਾਇਓ ਨਾ।